ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਆਪ ਵਿਧਾਇਕ ਸ਼ੀਤਲ ਅੰਗੁਰਾਲ ਖਿਲਾਫ ਗੈਰਜਮਾਨ ਤੇ ਬਰੰਟ ਜਾਰੀ ਜੀ ਆਹਨ ਦੋਸਤੋ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਖਿਲਾਫ ਗੈਰਜਮਾਨ ਤੇ ਬ੍ਰਾਂਟ ਜਾਰੀ ਕੀਤੇ ਗਏ ਹਨ ਇਸ ਦੇ ਨਾਲ ਹੀ ਅਦਾਲਤ ਨੇ ਸ਼ੀਤਲ ਅੰਗੁਰਾਲ ਦੇ ਸਾਰੇ ਜਮਾਨਤ ਬ੍ਰਾਂਟ ਵੀ ਰੱਦ ਕਰ ਦਿੱਤੇ ਹਨ ਤੇ ਉਹਨਾਂ ਨੂੰ ਜਬਤ ਕਰਨ ਦੇ ਹੁਕਮ ਮ ਦਿੱਤੇ ਹਨ ਅਦਾਲਤ ਦੇ ਹੁਕਮਾਂ ਦੇ ਤਹਿਤ 24 ਅਗਸਤ ਨੂੰ ਸ਼ੀਤਲ ਅੰਗੁਰਾਲ ਨੂੰ ਗ੍ਰਿਫਤਾਰ ਕਰਕੇ ਗੈਰਜਮਾਨ ਤੇ ਬ੍ਰਾਂਟ ਲੈ ਕੇ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਸੀ ਜੀ ਐਮਾ ਮਾਨਯੋਗ ਅਮਿਤ ਕੁਮਾਰ ਗਰਗ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਬਾਰੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਅਦਾਲਤ ਵਿੱਚ ਪੇਸ਼ ਹੋਣ ਤੋਂ ਛੁੱਟ ਦੇ ਲਈ ਬਾਰ-ਬਾਰ ਅਰਜ਼ੀਆਂ ਦੇ ਰਿਹਾ ਪਰ ਹਰ ਬਾਰ ਹਰ ਤਰੀਕ ਤੋਂ ਜੇਕਰ ਸ਼ੀਤਲ ਅੰਗੁਰਾਲ ਨੂੰ ਅਦਾਲਤ ਵੱਲੋਂ ਰਾਹਤ ਦਿੱਤੇ ਜਾਂਦੇ ਆ ਤਾਂ ਦੇ ਨਾਲ ਸਮਾਜ ਪ੍ਰਤੀ ਗਲਤ ਸੰਦੇਸ਼ ਜਾਵੇਗਾ ਅਦਾਲਤ ਨੇ ਆਪਣੇ ਹਕਮ ਵਿੱਚ ਕਿਹਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਬਠਿੰਡਾ ਦੇ ਵਿਚ ਚੱਲਦੇ ਟਰੱਕ ਨੂੰ ਲੱਗ ਗਈ ਭਿਆਨਕ ਅੱਗ ਰਾਹਗੀਰਾਂ ਨੇ ਬਾਲ ਬਾਲ ਬਚਾਇਆ ਡਰਾਈਵਰ ਬਠਿੰਡਾ ਦੇ ਪੁੱਜੋ ਮੁੰਡੇ ਦੇ ਵਿੱਚ ਹਾਈਵੇ ਤੇ ਇੱਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਰਾਹਗੀਰਾਂ ਨੇ ਟਰੱਕ ਦੇ ਵਿੱਚ ਬੈਠੇ ਡਰਾਈਵਰ ਨੂੰ ਸੁਰੱਖਿਆਤ ਬਾਹਰ ਕੱਢ ਲਿਆ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਟੀਮ ਨੇ ਤੁਰੰਤ ਟਰੱਕ ਦੇ ਵਿੱਚ ਲੱਗ ਗਈ ਅੱਗ ਤੇ ਕਾਬੂ ਪਾਇਆ ਬਠਿੰਡਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਫਿਲਹਾਲ ਅੱਗ ਲੱਗਣ ਦਾ ਕਾਰਨ ਹਜੇ ਸਪਸ਼ਟ ਨਹੀਂ ਹੋ ਸਕਿਆ ਹੈ ਜਾਣਕਾਰ ਦੇ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ ਜਦੋਂ ਟਰੱਕ ਡਰਾਈਵਰ ਬਠਿੰਡਾ ਦੀ ਪੁੱਜੋਂ ਮੰਡੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਟਰੱਕ ਦੇ ਵਿੱਚੋਂ ਧੂੰਆਂ ਨਿਕਲਣ ਲੱਗਾ ਤੇ ਉਸ ਨੂੰ ਅਚਾਨਕ ਅੱਗ ਲੱਗ ਗਈ मौके ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲਤ ਦੇ ਨਾਲ ਟਰੱਕ ਚਾਲਕ ਨੂੰ ਗੱਡੀ ਤੋਂ ਬਾਹਰ ਕੱਢਿਆ ਤੇ ਹਦ ਦੇ ਨਾਲ ਹੀ ਉਹਨਾਂ ਨੇ ਤੁਰੰਤ ਫਾਇਰ ਬਰਗੇੜਾ ਤੇ ਪੁਲਿਸ ਨੂੰ ਸੂਚਿਤ ਕੀਤਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ 700 ਅਸਾਮੀਆਂ ਤੇ ਪੁਲਿਸ ਕਾਂਸਟੇਬਲ ਲੈਕਟਿਵ ਪ੍ਰੀਖਿਆ ਦਾ ਨਤੀਜਾ ਜਾਰੀ ਇੱਥੇ ਸੂਚੀ ਵੇਖੋ ਚੰਡੀਗੜ੍ਹ ਪੁਲਿਸ ਸਬ ਵਿਭਾਗ ਦੇ ਵਿੱਚ 700 ਕਾਂਸਟੇਬਲ ਅਸਾਮੀਆਂ ਦੇ ਭਰਤੀ ਦੇ ਲਈ ਗਈ ਲੈਕਤੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਸਾਰੇ ਬਿਨੇਕਰ ਚੰਡੀਗੜ੍ਹ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ 23 ਜੁਲਾਈ ਨੂੰ ਲਗਭਗ 1 ਲੱਖ ਬਿਨੇਕਰਾਂ ਨੇ 109 ਕੇਂਦਰਾਂ ਤੇ ਲੈਕਤੀ ਪ੍ਰੀਖਿਆ ਦਿੱਤੀ ਹੁਣ ਸੈਕਟਰ 6 ਦੇ ਪੁਲਸ ਲਾਈਨ ਦੇ ਵਿੱਚ ਸਰੀਰਕ ਜਾਂਚ ਕੀਤੀ ਗਈ ਪੁਲਿਸ ਵਿਭਾਗ ਦੇ ਵੱਲੋਂ ਜਵਾਬ ਕੁੰਜੀ ਦੇ ਦਰਜ ਇਤਰਾਜਾਂ ਦੇ ਨਪਟਾਰੇ ਤੋਂ ਬਾਅਦ ਹੁਣ ਅੰਤਮ ਉੱਤਰਾਂ ਕੁੰਜੀ ਜਾਰੀ ਕਰ ਦਿੱਤੇ ਗਿਆ ਸੋਸੋਧਿਤ ਉੱਤਰਾਂ ਕੁੰਜੀ ਚੰਡੀਗੜ੍ਹ ਪੁਲਿਸ ਸਬਭਾਗ ਦੇ ਅਧਿਕਾਰਤ ਵੈਬਸਾਈਟ ਚੰਡੀਗੜ੍ਹ ਪੁਲਿਸ.gov.in ਤੇ ਜਾਰੀ ਕੀਤੀ ਗਿਆ ਉਮੀਦਵਾਰ ਵੈਬਸਾਈਟ ਤੇ ਜਾ ਕੇ ਜਾਂ ਐਸਾ ਪੰਨੇ ਤੇ ਸਿੱਧੇ ਲਿੰਕ ਤੇ ਕਲਿੱਕ ਕਰਕੇ ਸੋਧੀ ਹੋਈ ਉੱਤਰ ਕੁੰਜੀ ਨੂੰ ਡਾਊਨਲੋਡ ਕਰ ਸਕਦੇ ਹਨ ਸੀਐਮ ਮਾਨਸ਼ਾ ਅੱਤਰ ਨਾਮ ਆਮ ਆਦਮੀ ਕਲੀਨਿਕਾ ਲੋਕਾਂ ਨੂੰ ਕਰਨਗੇ ਸਮਰਪਿਤ 76ਵੇਂ ਸੁਤੰਤਰਤਾ ਦਿਵਸ ਮੌਕੇ ਮੱਖ ਮੰਤਰੀ ਭਗਵੰਤ ਮਾਨ 76ਵੇਂ ਆਮ ਆਦਮੀ ਕਲੀਨਿਕ ਦਾ ਸਵੇਦ ਲੋਕਾਂ ਨੂੰ ਸਮਰਪਿਤ ਕਰਨਗੇ ਇਹ ਪ੍ਰੋਗਰਾਮ 14 ਅਗਸਤ ਨੂੰ ਹੋਵੇਗਾ ਸਿੱਤ ਮੰਤਰੀ ਬਲਬੀਰ ਸਿੰਘਾ ਕਾਲਾ ਪ੍ਰੈਸ ਕਾਨਫਰੰਸ ਕਰਕੇ 14 ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੁਣ ਤੱਕ 35 ਲੱਖ ਤੋਂ ਵੱਧ ਲੋਕ ਆਮ ਆਦਮੀ ਕਲੀਨਿਕਾ ਤੋਂ ਲਾਭ ਉਠਾ ਚੁੱਕੇ ਹਨ ਮੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 15 ਅਗਸਤ ਨੂੰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਸੀ ਦੱਸ ਦिए ਕਿ ਆਪ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿੱਚ ਬੀਪੀ ਸ਼ੂਗਰ ਅਤੇ ਖੂਨ ਆ ਸਮੇਤ ਸਤੋ ਬਾਧਾ ਮੈਡੀਕਲ ਟੈਸਟਾਂ ਦੀ ਸਹੂਲਤ ਉਪਲਬਧ ਹੈ ਇਹਨਾਂ ਵਿੱਚ ਇਲਾਜ ਬਿਲਕੁਲ ਮੁਫਤ ਹੈ ਮੋਹੱਲਾ ਕਲੀਨਿਕਾਂ ਵਿੱਚ ਇਲਾਜ ਦੇ ਲਈ ਆਉਣ ਵਾਲੇ ਮਰੀਜ਼ਾਂ ਨੂੰ ਪਹਿਲਾਂ ਹੈਲਪਰ ਡੈਸਕ ਤੇ ਜਾਣਾ ਪਵੇਗਾ ਤੇ ਉਥੋਂ ਐਪ ਤੇ ਮੋਬਾਈਲ ਨੰਬਰ ਆ ਰਹੀ ਹੈ ਟਰੈਕ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਦਾ ਮਰੀਜ਼ ਦਾ ਪੂਰਾ ਡਾਟਾ ਰਿਕਾਰਡ ਐਪ ਤੇ ਰੱਖਿਆ ਜਾਵੇਗਾ ਜਿਵੇਂ ਹੀ ਮਰੀਜ਼ ਦਾ ਰਿਕਾਰਡ ਡਾਕਟਰ ਦੇ ਕੋਲ ਆਨਲਾਈਨ ਜਾਵੇਗਾ ਉਸ ਨੂੰ ਚੈੱਕਅਪ ਦੇ ਲਈ ਬੁਲਾਇਆ ਜਾਂਦਾ ਹੈ ਉੱਤਰਾਖੰਡ ਸਰਕਾਰ ਦੇ ਬਲ ਅਨੰਦਾ ਕਾਰਜ ਐਕਟ ਨੂੰ ਦਿੱਤੀ ਗਈ ਮਨਜ਼ੂਰੀ ਅਧੀਨ ਕਰਨ ਵਾਲਾ ਦੇਹ ਦਾ 10ਵਾਂ ਸੂਬਾ ਬਣਿਆ ਜਿਵੇਂ ਦੋਸਤੋ ਉੱਤਰਾਖੰਡ ਸਰਕਾਰ ਵੀ ਹੁਣ ਸੈਖਾ ਮਰਿਆਦਾ ਤਹਿਤ ਹੋਣ ਵਾਲੇ ਵਿਆਹ ਨੂੰ ਅਨੰਦਾ ਕਾਰਜ ਐਕਟ ਦੇ ਤਹਿਤ ਰਿਆ ਟਰੈਡਾ ਹੋਵੇਗੀ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਅਗਵਾਈ ਦੇ ਵਿੱਚ ਹੋਈ ਕੈਬਨਿਟ ਬੈਠਕ ਵਿੱਚ ਐਸਾ ਫੈਸਲੇ ਦੇ ਬਾਅਦ ਉੱਤਰਾਖੰਡ ਦੇ ਹਿਸਦਾ 10ਵਾਂ ਸਵੇਰ ਬਣ ਗਿਆ ਬੈਠਕ ਦੇ ਵਿੱਚ ਸਾਰੇ ਧਰਮਾਂ ਦੇ ਲਈ ਵਿਆਹ ਰਿਆ ਟਰੈਡ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਉੱਤਰਾਖੰਡ ਦੀ ਕੈਬਨਿਟਾ ਬੈਠਕ ਵਿੱਚ ਲੈ ਗਏ ਫੈਸਲੇ ਦੇ ਮੁਤਾਬਕ ਇਸ ਵਿੱਚ ਅਨੰਦਾ ਕਾਰਜ ਐਕਟ ਦੇ ਤਹਿਤ ਹੁਣ ਵਾਲੇ ਵਿਆਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਸੈਕਾ ਭਾਈਚਾਰੇ ਦੇ ਲੋਕ ਵੀ ਰਜਿਸਟ੍ਰੇਸ਼ਨਾਂ ਕਰਵਾ ਸਕਣਗੇ ਗੁਰਦੁਆਰਾ ਸ਼੍ਰੀ ਹਿਮਕੋਂਟਾ ਸਾਇਬਾ ਮੈਨੇਜਮੈਂਟ ਟਰਸਟ ਨੇ ਉੱਤਰਾਖੰਡ ਸਰਕਾਰ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਇਸਤੇ ਖੁਸ਼ੀ ਜ਼ਾਹਰ ਕੀਤੀ ਹੈ ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਦਿੱਲੀ ਵੱਲੋਂ ਵੱਡਾ ਝਟਕਾ ਸਰਕਾਰ ਨੇ ਲਿਆ ਇਹ ਸਖਤ ਫੈਸਲਾ ਪੰਜਾਬ ਸਮੇਤ ਦੇਸ਼ ਭਰ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੂੰ ਉਦੋਂ ਵੱਡਾ ਚਟਕਾ ਲੱਗਾ ਜਦੋਂ ਦਿੱਲੀ ਸਰਕਾਰ ਨੇ 1 ਅਕਤੂਬਰ ਤੋਂ ਕਈ ਤਰ੍ਹਾਂ ਦੇ ਟਰੱਕਾਂ ਦੇ ਦਿੱਲੀ ਦਾਖਲੇ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਜਾਣਕਾਰ ਦੇ ਅਨੁਸਾਰ ਦਿੱਲੀ ਸਰਕਾਰ ਇਹ ਫੈਸਲਾ ਕੌਮੀ ਰਾਜਧਾਨੀ ਦੇ ਵਿੱਚ ਪ੍ਰਦੂਸ਼ਣ ਘਟਾਉਣ ਦੇ ਲਈ ਲਿਆ ਹੈ ਇਸ ਫੈਸਲੇ ਦੇ ਅਨੁਸਾਰ ਸਿਰਫ ਸੀਐਨਜੀ ਦੇ ਉੱਤੇ ਚੱਲਦੇ ਜਾਂ ਬਿਜਲਾਈ ਟਰੱਕ ਜਾਂ ਫਿਰ ਬੀਐਸ 6 ਨਾਰਮਲ ਦੇ ਪਾਰਨਾ ਕਰਦੇ ਟਰੱਕ ਦਿੱਲੀ ਦੇ ਵਿੱਚ 1 ਅਕਤੂਬਰ ਤੋਂ ਬਾਅਦ ਦਾਖਲ ਹੋ ਸਕਦੇ ਹਨ ਫੈਸਲੇ ਦੇ ਮੁਤਾਬਕ ਬੀਐਸ 6 ਨਾਰਮੇ ਦੇ ਪਾਲਣਾ ਨਾ ਕਰਨ ਵਾਲੇ ਡੀਜ਼ਲ ਐਟ੍ਰੱਕਨ ਦਾ ਕੌਮੀ ਰਾਜਤਾਨੇ ਦੇ ਵਿੱਚ ਐਂਟਰੀ ਬੰਦ ਹੋ ਜਾਵੇਗੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਈ ਦਲ ਬਦਲੀਆਂ ਦੇ ਖੇੜਾ ਝਾੜੂ ਫੜਨ ਲੱਗੇ ਮੌਕਾ ਪ੍ਰਸਤ ਲੀਡਰ ਤੁਹਾਨੂੰ ਉਸ ਤੋਂ ਪੰਜਾਬ ਸਰਕਾਰ ਦੇ ਵੱਲੋਂ ਸ਼ੁੱਕਰਵਾਰ ਨੂੰ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਵਿਧੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਜਿਲ੍ਹਾ ਪ੍ਰੀਸ਼ਦਾ ਤੇ ਪੰਚਾਇਤ ਸਮੰਤਾਂ ਨੂੰ ਭੰਗ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿੰਡਾਂ ਦੇ ਵਿੱਚ ਦਲ ਬਦਲੀ ਦੀ ਖੇਡ ਸ਼ੁਰੂ ਹੋ ਗਈ ਹੈ ਆਪ ਪੰਜਾਬ ਦੇ ਟਵਿੱਟਰ ਅਕਾਊਂਟ ਤੋਂ ਇੱਕ ਪੋਸਟ ਹੈ ਸ਼ੇਅਰ ਕੀਤੀ ਗਿਆ ਜਿਸ ਤੇ ਲਿਖਿਆ ਗਿਆ ਕਿ ਸਾਬਕਾ ਸਰਪੰਚ ਤੇ ਪਿੰਡ ਦੁਗਰੀ ਰਾਏਪੂਤਾ ਦੇ ਸਰਪੰਚ ਆਪਣੇ ਸੈਂਕੜੇ ਸਾਥੀਆਂ ਦੇ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ ਭਗਵਾਨ ਅਤਮਾਨ ਸਰਕਾਰ ਦਿਆਂ ਲੋਕ ਪੱਕੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਆਪ ਦੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਅਸੀਂ ਮਿਲ ਕੇ ਰੰਗਲਾ ਪੰਜਾਬ ਬਣਾਵਾਂਗੇ ਐਤਵਾਰ ਨੂੰ ਮਹਾਲੀ ਤੋਂ ਚੰਡੀਗੜ੍ਹ ਵੱਲ ਮਾਰਚ ਕਰੇਗਾ ਕੌਮੀ ਅਨਸਾਫ਼ ਮੋਰਚਾ ਸਿਮਮਾਨ ਦੇ ਰਿਹਾਈ ਸ਼ਦਾ ਘਰਾਓ ਕਰਨ ਦਾ ਐਲਾਨ ਬੰਦੀ ਸਿੱਖਾਂ ਦੀ ਰਿਹਾਈ ਦੇ ਮੰਗ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਣਾ ਲੱਗਾ ਹੈ ਕੌਮੀ ਅਨਸਾਫ਼ ਮੋਰਚਾ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਹਾਈਸ਼ ਦਾ ਕਰਾਓ ਕਰੇਗਾ ਬੰਦੇ ਸਿਕੰਦਰ ਰਿਹਾਈ ਦੀ ਮੰਗ ਦੇ ਲਈ ਸੰਤ ਸਮਾਜ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ ਪਿਛਲੇ 7 ਮਹੀਨਿਆਂ ਤੋਂ ਬੰਦੇ ਸਿਕੰਦਰ ਦੀ ਮੰਗ ਨੂੰ ਲੈ ਕੇ ਮੁਹਾਲੇ ਚੰਡੀਗੜ੍ਹ ਬੈਰੀਅਰ ਤੇ ਧਰਨਾ ਦਿੱਤਾ ਜਾ ਰਿਹਾ ਤੇ ਇੱਥੇ ਪੱਕਾ ਮੋਰਚਾ ਲਾਇਆ ਗਿਆ ਹੈ ਮੋਰਚਾ ਜਿੱਥੇ ਬੰਦੇ ਸਿਕੰਦਰ ਦੀ ਰਿਹਾਈ ਦੀ ਮੰਗ ਕਰਿਆ ਤੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਮਾ ਦਬੋਣਾ ਚਾਹੁੰਦਾ ਹੈ ਫਰੰਟ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਆ ਸੰਤ ਸਮਾਜ ਅਤੇ ਸਿੱਖ ਜੱਥੇਬੰਦੀਆਂ ਦੇ ਲੋਕਾਂ ਮਹਾਲੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਚੰਡੀਗੜ੍ਹ ਦੇ ਵੱਲ ਮਾਰਚ ਕਰਨਗੇ ਨਵਜੋਤਕਰ ਸਿੱਧੂ ਨੇ ਕੀਤੀ ਆਫੀਮ ਦੀ ਖੇਤੀ ਦੇ ਹਮਾਇਤ ਬੋਲੇ ਇਹ ਖੇਤੀ ਕਿਸਾਨਾਂ ਨੂੰ ਲੱਖਪਤੀ ਬਣਾ ਦੇਵੇਗੀ ਨਵਜੋਤਕਰ ਸਿੱਧੂ ਕੱਲ ਆਪਣੀ ਤੇ ਰਾਬਿਆ ਦੇ ਨਾਲ ਨਿਊ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਤੀਆਂ ਦੇ ਇਤਿਹਾਰ ਦੇ ਵਿੱਚ ਹਿੱਸਾ ਲਿਆ ਤੇ ਪਿੰਗ ਚੂਟੇ ਅਸਧਰਾਨ ਉਹਨਾਂ ਦਾ ਉੱਥੇ ਮੌਜੂਦ ਮੈਂਬਰਾਂ ਦੇ ਬੋਲੋ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਉਹਨਾਂ ਦੇ ਤਰੀਫ ਦੇ ਵਿੱਚ ਸ਼ੇਰ ਵੀ ਬੋਲਿਆ ਕਿਉਂਕਿ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਹਨ ਪਰ ਫਿਰ ਵੀ ਹੱਸਦੇ ਮੁਸਕਰਾਉਂਦੇ ਰਹਿੰਦੇ ਹਨ ਤੇ ਅਸਧਰਾਨ ਨਵਜੋਤਕਾਰ ਸਦੂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਆਪਣੀ ਬਿਮਾਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਇੱਕਾ ਡਾਕਟਰ ਹੋਣ ਦੇ ਨਾਂ ਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਇੱਕ ਚੰਗਾ ਮੈਸੇਜ ਜਿਹਾ ਦਿੱਤਾ ਜਾਵੇ ਜਦੋਂ ਉਹਨਾਂ ਨੂੰ ਮਣੀਪੁਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਹੈ ਕਿ ਮਣੀਪੁਰ ਦੇ ਵਿੱਚ ਜੋ ਵੀ ਵਾਪਰਿਆ ਉਸ ਤੋਂ ਸ਼ਰਮਨਾਕ ਕੁਝ ਵੀ ਨਹੀਂ ਹੋ ਸਕਦਾ ਅੱਜ ਸਾਡੇ ਹਿੰਦੁਸਤਾਨ ਦੇ ਲੋਕਾਂ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਅਫੀਮ ਦੀ ਖੇਤੀ ਦਾ ਸਮਰਥਨ ਕੀਤਾ ਉਹਨਾਂ ਨੇ ਕਹਿ ਕੇ ਪੰਜਾਬ ਦਾ ਕਿਸਾਨ ਕਦੇ ਵੀ ਕਰਜ਼ਾ ਮੁਕਤ ਨਹੀਂ ਹੋ ਸਕਦਾ ਇਹ ਅਫੀਮ ਦੇ ਖੇਤੇ ਕਿਸਾਨ ਨੂੰ ਲੱਖਪਤੀ ਬਣਾ ਸਕਦੇ ਆ ਨਵਜੋਤਕਾਰ ਸਿੱਧੂ ਨੇ ਕਿਹਾ ਹੈ ਕਿ ਅਫੀਮ ਦੇ ਖੇਤੇ ਦੀਆਂ ਵੀ 35 ਕਿਸਮਾਂ ਹਾਂ ਤੇ ਜਦ ਤੱਕ ਲੋਕ ਅਫੀਮਾਂ ਖਾਂਦੇ ਸਨ ਉਦੋਂ ਤੱਕ ਉਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਲੱਗਦੀ ਅਤੇ ਸਿੰਥੈਟਿਕ ਡਰੱਗ ਵੀ ਨਹੀਂ ਵਕਦੇ ਸੀ ਅਤੇ ਅੱਗੇ ਉਹਨਾਂ ਨੇ ਕਹਿ ਕੇ ਅਫੀਮ ਦੀ ਖੇਤੀ ਦੇ ਨਾਲ ਪੰਜਾਬ ਅਤੇ ਕਿਸਾਨਾਂ ਦਾ ਕਰਜ਼ਾ ਮੁਕਤ ਹੋ ਸਕਦਾ ਹੈ ਬਹਾਨੇ ਬਣਾਉਣਾ ਬੰਦ ਕਰੋ ਅਤੇ ਹੜਪੀੜਤਾਂ ਨੂੰ ਮੁਆਵਜ਼ਾ ਦਿਓ ਆਮ ਆਦਮੀ ਪਾਰਟੀ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੜਪੀੜਤਾਂ ਦੇ ਲਈ ਰਾਹਤ ਪੈਕੇ ਦਾ ਐਲਾਨ ਕਰਨ ਦੀ ਈਮਾਨਦਾਰੀ ਅਤੇ ਆਭਿਸ਼ਵਾਸ਼ ਜाहिर ਕਰਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਯਬਾ ਨੇ ਸ਼ਨੀਵਾਰ ਨੂੰ ਕਿਹਾ ਕਿ ਆਪ ਸਰਕਾਰ ਨੂੰ ਬਹਾਨੇ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਹਦੀ ਬਜਾਏ ਹੜਪੀੜਤਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਸੀਨੀਅਰ ਕਾਂਗਰਸ ਯਾਗੂ ਬਾਈਬ ਨੇ ਅੱਗੇ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਮੁਆਵਜ਼ੇ ਨੂੰ ਦੁੱਗਣਾ ਕਰਨ ਲਈ ਨਜਮਾਂ ਦੇ ਵਿੱਚ ਤਬਦੀਲੀ ਦੀ ਮੰਗ ਕਰ ਰਹੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਜਾਨਾਂ ਦੇ ਨੁਕਸਾਨ ਦੇ ਲਈ ਮੁਆਵਜ਼ੇ ਦੀ ਰਾਸ਼ੀ 4 ਲੱਖ ਰੁਪਏ ਤੋਂ ਦੁੱਗਣੀ ਕਰਕੇ 8 ਲੱਖ ਰੁਪਏ ਫਸਲਾਂ ਦੇ ਨੁਕਸਾਨ ਦੇ ਲਈ 17000 ਰੁਪਏ ਤੋਂ ਵਧਾ ਕੇ 34000 ਰੁਪਏ ਦਰੂ ਪਸ਼ੂਆਂ ਦੇ ਲਈ 37000 ਰੁਪਏ ਤੋਂ ਵਧਾ ਕੇ 75000 ਰੁਪਏ ਕਰਨ ਅਤੇ ਨੁਕਸਾਨ ਗੇ ਕਰਨ ਦੇ ਲਈ 1 ਲੱਖ 20000 ਰੁਪਏ ਤੋਂ 2 ਲੱਖ 40000 ਰੁਪਏ ਕੀਤੇ ਆਵੇ ਉਸ ਤੋਂ ਪਹਿਲਾਂ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮਹਕਮਤਰੀ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਵਿਚ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦੇ ਲਈ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ ਹੁਣ ਆਣ ਇਹ ਵੀ ਕਹਿੰਦੇ ਸਨ ਕਿ ਨੁਕਸਾਨ ਦਾ ਮਲੰਕਣ ਕਰਨ ਦੇ ਲਈ ਗਰਦਾਬਰੀ ਮੁਆਵਜ਼ਾ ਦੇਣ ਤੋਂ ਬਾਅਦ ਕੀਤੀ ਜਾ ਸਕਦਾ ਜਿਵੇਂ ਕਿ ਦਿੱਲੀ ਦੇ ਆਪ ਸਰਕਾਰ ਕਰ ਰਹੀ ਹੈ ਬਾਈਬ ਨੇ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਅਗਿਆਨਤਾ ਨੂੰ ਪਿੱਛੇ ਇੱਕ ਪਾਸੇ ਰੱਖ ਕੇ ਇਹ ਸਮਝਣਾ ਚਾਹੀਦਾ ਹੈ ਕਿ ਕੇਂਦਰ ਤੋਂ ਵਿੱਤੀ ਸਹਾਇਤਾ ਲੈਣਾ ਸੁਭਿਆੰਦਾ ਜਾਇਜ਼ ਅਧਿਕਾਰ ਹੈ ਤੇ ਇਹ ਕਦੋਂ ਤੋਂ ਭੀਖ ਮੰਗਣਾ ਬਣ ਗਿਆ ਹੈ ਉਹਨਾਂ ਨੇ ਕਹਿ ਕੇ ਹੜ੍ਹਾਂ ਦੇ ਕਾਰਨ ਹੁਣ ਤੱਕ 6 ਲੱਖ ਏਕੜ ਤੋਂ ਵੱਧ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ 54 ਮਨੁੱਖਾਂ ਤੇ 27000 ਦਧਾਰੂ ਪਸ਼ੂਆਂ ਤੇ ਮੌਤ ਹੋ ਚੁੱਕਿਆ ਫਿਰ ਵੀ ਮੁੱਖ ਮੰਤਰੀ ਮਾਨ ਪੇੜਤਾ ਨੂੰ ਰਾਹਤ ਦੇਣ ਦੇ ਲਈ ਬਹਾਨੇ ਬਣਾ ਰਹੇ ਹਨ ਬਾਈਬਾਨੇ ਕਹਿ ਕੇ ਮੋਟੀ ਚਮੜੇ ਵਾਲਾ ਸਿਆਸਤਦਾਨ ਅਜਿਹਾ ਵਿਵਹਾਰ ਕਰਦਾ ਹੈ ਬਾਈਬਾਨੇ ਕਹਿ ਕੇ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਰਾਹਤ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਹੈ ਮਜ਼ਦੂਰ ਵਰਗ ਅਤੇ ਹੋਰ ਪਰਿਵਾਰ ਜਿਨ੍ਹਾਂ ਦੇ ਕਾਰਨ ਨੁਕਸਾਨੇ ਗਏ ਹਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਘੱਟੋ ਘੱਟ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ 50000 ਰੁਪਏ ਉਸ ਮਾਲਕ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ ਜਿਹਦੇ ਪਸ਼ੂਆਂ ਦੀ ਇਹ ਸਾਕੋਦਾਰ ਤੇ ਆਫ਼ਤ ਦੇ ਵਿੱਚ ਮੌਤ ਹੋ ਚੁੱਕੀ ਹੈ ਮ੍ਰਿਤਕਾਂ ਨੂੰ 10 ਲੱਖ ਰੁਪਏ ਤੇ ਜ਼ਖਮਾਂ ਨੂੰ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀਦ ਵੀ ਦਿੱਤੀ ਜਾਵੇ